ਨਖੀਰਾਮ ਜੀ ਕਿੱਥੋਂ ਆਏ ਹੋ ਤੁਸੀਂ ਪਤਰਾ ਮੰਡੀ ਚੋਂ ਜੀ ਕਿਉਂ ਇੱਥੇ ਕਿਉਂ ਨਹੀਂ ਪਟਿਆਲੇ ਕਿਉਂ ਆਏ ਹੋ ਉੱਥੇ ਨਹੀਂ ਵਿਕਦੇ ਦੀ ਇਹ ਤਰੋਨਾ ਕਰਨਾ ਹੈ ਕੰਮਕਾਰ ਹੈ ਨਹੀਂ ਉੱਥੇ ਮੰਦਾ ਹੀ ਚੱਲ ਰਿਹਾ ਜੀ ਮੈਂ ਤਾਂ ਪਟਿਆਲੇ ਵਿੱਚ ਆਈ ਜੀ ਕਰਵੇ ਤੋਂ ਬਾਅਦ ਹੀ ਕੰਮ ਸ਼ੁਰੂ ਕਰਤਾ ਸੀ ਕਰਵੇ ਤੇ ਵੀ ਇਸ ਵਾਰ ਰਿਸਪੌਂਸ ਨਹੀਂ ਮਿਲਿਆ ਹੁਣ ਇੱਧਰ ਵੀ ਕੋਈ ਰਿਸਪੌਂਸ ਨਹੀਂ ਕੀ ਕਾਰਨ ਹੈ ਰਿਸਪੌਂਸ ਕਿਉਂ ਨਹੀਂ ਬੜਿਆ ਲੋਕ ਤਿਉਹਾਰ ਕਿਉਂ ਨਹੀਂ ਮਨਾਉਂਦੇ ਕਰੋਨਾ ਵਾਇਰਸ ਕਰਕੇ ਵੀ ਕਿਸਾਨਾਂ ਕਰਕੇ ਵੀ ਐਤਕੀ ਵਗੈਰਾ ਜੀ ਨਵੀਂ ਨਵੀਂ ਮੂਰਤੀਆਂ ਤਿਆਰ ਕਰਨੀਆਂ ਸੀ ਉਹ ਕਰੇ ਨਹੀਂ ਕਰੋਨਾ ਦੇ ਕਾਰਨ ਜੀ ਅੱਛਾ ਜੀ ਹਾਂਜੀ ਦੀਵੇ ਵੀ ਅਸੀਂ ਆਪਣੇ ਦੇਖ ਕੇ ਬਣਾਏ ਆ ਜੀ ਕਰੋਨਾ ਕਰਕੇ ਵੀ ਬੰਦ ਨਾ ਹੋ ਜੇ ਕੰਮ ਉਸ ਬਾਰ ਦੀ ਦੀਵਾਲੀ ਔਰ ਇਸ ਬਾਰ ਦੀ ਜਿਹੜੀ ਦੀਵਾਲੀ ਆ ਕੀ ਫਰਕ ਲੱਗ ਰਿਹਾ ਬਹੁਤ ਫਰਕ ਅਸਲ ਕਿ ਤਾਂ ਗਾਹਕ ਹੀ ਨਹੀਂ ਗਿਆ ਮਾਰਕੀਟ 'ਚ ਲੋਕਾਂ ਕੋਲ ਪੈਸਾ ਹੈ ਨਹੀਂ ਕਮਾਈਆਂ ਬੰਦ ਨੇ ਸਭ ਦੇ ਮੇਨ ਪ੍ਰੋਬਲਮ ਲੋਕਾਂ ਦੀ ਪੈਸੇ ਦੀ ਆ ਜੀ ਪੈਸਾ ਹੈ ਨਹੀਂ ਲੋਕਾਂ ਕੋਲ ਕਰੋਨਾ ਵਾਇਰਸ ਦਾ ਪ੍ਰਭਾਵ ਨਜ਼ਰ ਆ ਸਾਰਾ ਕਰੋਨਾ ਵਾਇਰਸ ਦਾ ਪ੍ਰਭਾਵ ਹੈ ਜੀ ਹੁਣ ਰੋਜ਼ ਦੀ ਕਿੰਨੀ ਕੁ ਸੇਲ ਹੋ ਜਾਂਦੀ ਹੈ ਰੋਜ਼ ਦੀ ਸਰ ਸੇਲ ਤਾਂ ਘੱਟੇ ਹੋ ਰਹੀ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਈਵਨ ਪੰਜਾਬੀ ਟੀਵੀ ਗੱਲ ਕਰਦੇ ਹਾਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿਵੇਂ ਤੁਸੀਂ ਜਾਣਦੇ ਹੋ ਕਿ ਦੀਵਾਲੀਆਂ ਤਾਂ ਆਪਾਂ ਪਹਿਲਾਂ ਵੀ ਮਨਾਉਂਦੇ ਆਏ ਹਾਂ ਲੇਕਿਨ ਇਸ ਵਾਰ ਦੀ ਦੀਵਾਲੀ ਜਿਹੜੀ ਹੈ ਕੁਝ ਫਿੱਕੀ ਫਿੱਕੀ ਨਜ਼ਰ ਆ ਰਹੀ ਹੈ ਔਰ ਕਿਸ ਤਰ੍ਹਾਂ ਔਰ ਕਿਉਂ ਫਿੱਕੀ ਹੈ ਅੱਜ ਆਪਾਂ ਭਾਸੋ ਚੁੰਗੀ ਦੇ ਏਰੀਏ ਦੇ ਵਿੱਚ ਈਵਨ ਪੰਜਾਬੀ ਚੈਨਲ ਪੂਰੀ ਦੁਕਾਨਦਾਰਾਂ ਨਾਲ ਗੱਲਬਾਤ ਕਰੇਗੀ ਔਰ ਜਿਨ੍ਹਾਂ ਨੇ ਬਾਹਰ ਫੜੀਆਂ ਲਗਾਈਆਂ ਉਹਨਾਂ ਨਾਲ ਵੀ ਗੱਲ ਕਰੇਗੀ ਔਰ ਮਠਿਆਈ ਵਾਲਿਆਂ ਨਾਲ ਜੋ ਵੀ ਮਤਲਬ ਸੇਲ ਇਹਨਾਂ ਦਿਨਾਂ ਵਿੱਚ ਬਾਜ਼ਾਰ ਦੇ ਵਿੱਚ ਹੋ ਰਿਹਾ ਹੈ ਉਹ ਸਾਰਿਆਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਕੋਲ ਜਾਣਨਾ ਚਾਹਾਂਗੇ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਤਿਉਹਾਰਾਂ 'ਤੇ ਫਰਕ ਪਿਆ ਹੈ ਜਾਂ ਫਿਰ ਨਹੀਂ ਮੇਰੇ ਨਾਲ ਇੱਕ ਵੀਰ ਜੁੜੇ ਨੇ ਇਹ ਪਾਤੜਾ ਤੋਂ ਆਏ ਨੇ ਸਪੈਸ਼ਲੀ ਪਾਤੜਾ ਤੋਂ ਕਿ ਪਾਤੜਾ ਵਿੱਚ ਦੀਵਾਲੀ ਨਹੀਂ ਹੈ ਕਿ ਦੀਵਾਲੀ ਤਾਂ ਪੂਰੇ ਭਾਰਤ ਵਿੱਚ ਹੈ ਲੇਕਿਨ ਇਹ ਲੋਕ ਪਾਤੜਾ ਤੋਂ ਪਟਿਆਲੇ ਕਿਉਂ ਆਏ ਨੇ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਕਰਦੇ ਆਪਾਂ ਗੱਲਬਾਤ ਵੀਰ ਜੀ ਨਾਮ ਕੀ ਹੈ ਤੁਹਾਡਾ ਲਖੀਰਾਮ ਪ੍ਰਜਾਪਤੀ ਜੀ ਲਖੀਰਾਮ ਜੀ ਕਿੱਥੋਂ ਆਏ ਹੋ ਤੁਸੀਂ ਪਾਤੜਾ ਮੰਡੀ 'ਚੋਂ ਜੀ ਕਿਉਂ ਇੱਥੇ ਕਿਉਂ ਨਹੀਂ ਪਟਿਆਲੇ ਕਿਉਂ ਆਏ ਹੋ ਉੱਥੇ ਨਹੀਂ ਵਿਕਦੇ ਦੀ ਇਹ ਤਰੋਨਾ ਕਰਨਾ ਹੈ ਕੰਮਕਾਰ ਹੈ ਨਹੀਂ ਉੱਥੇ ਮੰਦਾ ਹੀ ਚੱਲ ਰਿਹਾ ਜੀ ਮੈਂ ਤਾਂ ਪਟਿਆਲੇ ਵਿੱਚ ਆਈ ਜੀ ਸ਼ਹਿਰ ਕਰਕੇ ਇੱਥੇ ਕੀ ਆ ਕੇ ਲੱਗਾ ਹਾਂਜੀ ਇੱਥੇ ਥੋੜਾ ਇਹ ਕੰਮ ਠੀਕ ਚੱਲ ਰਿਹਾ ਜੀ ਜੀ ਹਾਂਜੀ ਹਾਂ ਪਤਾ ਉੱਥੇ ਲੋਕਲ ਆਏ ਕਰਕੇ ਨਹੀਂ ਕੰਮ ਨਹੀਂ ਕਿੰਨੇ ਦਿਨਾਂ ਤੋਂ ਇੱਥੇ ਆਏ ਹੋ ਪਟਿਆਲੇ 3 ਦਿਨ ਹੋ ਗਏ ਜੀ ਆਏ ਨੂੰ 3 ਫਿਰ ਰਾਤ ਨੂੰ ਕਿੱਥੇ ਜਾਂਦੇ ਹੋ ਇੱਥੇ ਸੋਨੇ ਆ ਜੀ ਅੱਛਾ ਜੀ ਹਾਂਜੀ ਹਾਂ ਨਹੀਂ ਕੋਈ ਸਿਕਿਉਰਿਟੀ ਕੋਈ ਵਗੈਰਾ ਪ੍ਰੋਬਲਮ ਤਾਂ ਨਹੀਂ ਨਾ ਜੀ ਨਾ ਕੋਈ ਨਹੀਂ ਅੱਛਾ ਜੀ ਹਾਂਜੀ ਅੱਛਾ ਇਸ ਵਾਰ ਪਿਛਲੇ ਸਾਲ ਦੇ ਨਾਲੋਂ ਇਸ ਵਾਰ ਕੀ ਲੱਗ ਰਿਹਾ ਤੁਹਾਨੂੰ ਕਿ ਮੰਦਾ ਚੱਲ ਰਹੀ ਹੈ ਇਥੋਂ ਕਿਸ ਤਰ੍ਹਾਂ ਦਾ ਮੰਦਾ ਮਤਲਬ ਵੀ ਲੋਕ ਖਰੀਦਦੇ ਨੇਗੇ ਜਾਂ ਮਹਿੰਗਾ ਸਮਾਨ ਮਹਿੰਗਾ ਹੈ ਕਰੋਨਾ ਦੇ ਕਾਰਨ ਆ ਰਹੀ ਜੀ ਹਾਂ ਕਰੋਨਾ ਦੇ ਕਾਰਨ ਪੈਸਾ ਨਹੀਂ ਹੈਗਾ ਜੀ ਇਹ ਕਹਿੰਦੇ ਪੈਸੇ ਦੀ ਬਹੁਤ ਤਕਲੀਫ ਚੱਲ ਰਹੀ ਹੈ ਅੱਛਾ ਦੱਸਦੇ ਨੇ ਗਾਹਕ ਤੁਸੀਂ ਕਿੰਨੇ ਸਾਲਾਂ ਤੋਂ ਇਸ ਕਿੱਤੇ ਦੇ ਨਾਲ ਜੁੜੇ ਹੋ ਇੱਥੇ ਤਾਂ ਮੇਰੀ ਤਾਂ ਜੀ ਉਹ ਘੱਟ ਤੋਂ ਘੱਟ ਵੀ ਹੋ ਗਈ ਜੀ 40 ਸਾਲ ਦੀ ਉਮਰ ਹੋ ਗਈ ਜੀ ਅੱਛਾ 40-42 ਸਾਲ ਦੀ ਬਜ਼ੁਰਗ ਵੀ ਇਹੀ ਕੰਮ ਹਾਂਜੀ ਮੇਰੇ ਪਿਤਾ ਜੀ ਵੀ ਇਹ ਕੰਮ ਕਰਦੇ ਸੀ ਜੀ ਵਧੀਆ ਹਾਂਜੀ ਅੱਛਾ ਕੀ ਬਣਾਉਂਦੇ ਹੋ ਕੀ ਤਿਆਰ ਕਰਦੇ ਹੋ ਇਸ ਵਾਰ ਕੀ ਤਿਆਰ ਕੀਤਾ ਤੁਸੀਂ ਐਤਕੀ ਵਗੈਰਾ ਜੀ ਨਵੀਂ ਨਵੀਂ ਮੂਰਤੀਆਂ ਤਿਆਰ ਕਰਨੀਆਂ ਸੀ ਉਹ ਕਰੇ ਨਹੀਂ ਕਰੋਨਾ ਦੇ ਕਾਰਨ ਜੀ ਅੱਛਾ ਜੀ ਹਾਂਜੀ ਦੀਵੇ ਵੀ ਅਸੀਂ ਆਪਣੇ ਦੇਖ ਕੇ ਬਣਾਏ ਜੀ ਕਰੋਨਾ ਕਰਕੇ ਵੀ ਬੰਦ ਨਾ ਹੋ ਜੇ ਕੰਮ ਹਾਂਜੀ ਅੱਛਾ ਮੇਰੇ ਨਾਲ ਇੱਕ ਹੋਰ ਮੇਰੇ ਵੀਰ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਹੁਤ ਅੱਛੇ ਇਨਸਾਨ ਨੇ ਵੀਰ ਜੀ ਕੀ ਲੱਗਦਾ ਕਿ ਇਸ ਵਾਰ ਦੀ ਦੀਵਾਲੀ ਜਿਹੜੀ ਹੈ ਉਹ ਗੂੜੇ ਰੰਗ ਵਿੱਚ ਜਾਏਗੀ ਜਾਂ ਫਿੱਕੀ ਜਾਏਗੀ ਐਕਚੁਅਲੀ ਤਾਂ ਫਿੱਕੀ ਹੋ ਲੱਗ ਰਹੀ ਹੈ ਕਿ ਕਰੋਨਾ ਕਰਕੇ ਮਤਲਬ ਬਹੁਤ ਜ਼ਿਆਦਾ ਮੰਦੀ ਵੀ ਹੈਗੀ ਆ ਮਾਰਕੀਟ ਦੇ ਵਿੱਚ ਤੇ ਹਾਲੇ ਉੱਠੇ ਨਹੀਂ ਰਿਹਾ ਬਾਜ਼ਾਰ ਜੀ ਅੱਛਾ ਬਾਜ਼ਾਰ ਮਤਲਬ ਪਹਿਲੀਆਂ ਦੀਵਾਲੀਆਂ ਤੋਂ ਇਸ ਦੀਵਾਲੀ ਅਲੱਗ ਲੱਗ ਰਹੀ ਹੈ ਹਾਂਜੀ ਹਾਂਜੀ ਇਹ 'ਚ ਕੋਈ ਸ਼ੱਕ ਵਾਲੀ ਕਾਰਨ ਕੀ ਹੈ ਕੀ ਮਹਿਸੂਸ ਕੀਤਾ ਤੁਸੀਂ ਕਰ ਕਰੋਨਾ ਕਰਕੇ ਜੀ ਲੋਕ ਬਹੁਤ ਜ਼ਿਆਦਾ 6-5-2-3 ਮਹੀਨੇ ਦਾ ਹੋ ਰਿਹਾ ਜੀ ਬਾਕੀ ਮਾਰਕੀਟ ਹਾਲੇ ਹੁਣੀ ਉੱਠ ਨਹੀਂ ਰਹੀ ਉੱਠ ਨਹੀਂ ਰਹੀ ਜੀ ਉੱਠ ਨਹੀਂ ਰਹੀ ਹਾਂਜੀ ਹਾਂਜੀ ਅੱਛਾ ਮਤਲਬ ਕਰੋਨਾ ਦਾ ਜਿਹੜਾ ਪ੍ਰਭਾਵ ਆ ਉਹ ਨਜ਼ਰ ਆ ਰਿਹਾ ਹਾਂਜੀ ਹਾਂਜੀ ਕੀ ਲੋਕਾਂ ਦੇ ਕੋਲ ਪੈਸੇ ਨਹੀਂ ਹੈ ਜਾਂ ਮਤਲਬ ਸਮਾਨ ਵੀ ਮਹਿੰਗਾ ਹੋ ਚੁੱਕਾ ਹੈ ਲੋਕ ਖਰੀਦਣ ਤੋਂ ਵੀ ਪਿੱਛੇ ਹਟਦੇ ਆ ਹਾਂਜੀ ਮਹਿੰਗਾਈ ਬਹੁਤ ਹੋ ਗਈ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਮਤਲਬ ਕਮ ਸੇ ਕਮ ਡੇਢੇ ਤੋਂ ਦੁੱਗਣੇ ਰੇਟ ਹੋਏ ਵੇ ਨੇ ਰੇਟ ਹੋਏ ਵੇ ਉਹਦੇ ਕਰਕੇ ਵੀ ਜਿਹੜੇ ਗਾਹਕ ਆ ਪਿੱਛੇ ਮੁੜਦੇ ਆ ਹਾਂਜੀ ਹਾਂ ਪਿੱਛੇ ਮੁੜਦੇ ਦੇਖ ਕੇ ਸਾਨੂੰ ਸੁਣਾ ਕੇ ਚਲੇ ਜਾਂਦੇ ਨੇ ਜੀ ਆ ਇੰਨਾ ਰੇਟ ਹੋ ਗਿਆ ਤੁਸੀਂ ਕਰੋਨਾ ਕਰੋਨਾ ਟੈਕਸ ਲਾਤਾ ਤੁਸੀਂ ਆ ਕਰਤਾ ਜੀ ਮਤਲਬ ਸੁਣਨਾ ਪੈਂਦਾ ਦੁਕਾਨਦਾਰ ਨੂੰ ਤਾਂ ਹੀ ਪਰ ਦੁਕਾਨਦਾਰ ਵੀ ਮਜਬੂਰ ਹੈ ਕੀ ਕਰੇ ਜੀ ਮਗਰ ਹੀ ਮਹਿੰਗਾ ਆ ਰਿਹਾ ਰੇਟ ਤਾਂ ਮਹਿੰਗੇ ਵਿਕ ਰਿਹਾ ਜੀ ਫਿਰ ਇਸ ਵਾਰ ਦੀਵਾਲੀ ਮਤਲਬ ਮਜ਼ਾ ਆ ਨਹੀਂ ਰਿਹਾ ਤੁਹਾਡੇ ਮੁਤਾਬਕ ਨਹੀਂ ਹਾਲ ਤਾਂ ਨਹੀਂ ਅਜੇ ਵੀ ਹਾਲੇ ਨਹੀਂ ਆ ਰਿਹਾ ਕੱਲ੍ਹ ਤੱਕ ਦੇਖੋ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਹੋਰ ਵੀ ਹੋ ਦੋਸਤੋ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕੱਲ੍ਹ ਤੱਕ ਕਿਰਪਾ ਹੋ ਜਾਵੇ ਤਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਫਿਲਹਾਲ ਜਿਹੜੀ ਪ੍ਰੈਜ਼ੈਂਟ ਸਥਿਤੀ ਹੈ ਉਹ ਇਹ ਹੀ ਹੈ ਕਿ ਜੋ ਖਰੀਦੋ ਫਰੋਖਤ ਪਿਛਲੀਆਂ ਦੀਵਾਲੀਆਂ ਵਿੱਚ ਇਹਨਾਂ ਦਿਨਾਂ 'ਚ ਹੋਇਆ ਕਰਦੀ ਸੀ ਉਹ ਕਿਤੇ ਨਾ ਕਿਤੇ ਅਜੇ ਬਹੁਤ ਹੀ ਫਿੱਕੀ ਫਿੱਕੀ ਨਜ਼ਰ ਆ ਰਹੀ ਹੈ ਸੋ ਦੋਸਤੋ ਦੀਵਾਲੀ ਜਿਵੇਂ ਜਿਵੇਂ ਨਜ਼ਦੀਕ ਆ ਰਹੀ ਹੈ ਲੇਕਿਨ ਦੁਕਾਨਦਾਰਾਂ ਵੱਲੋਂ ਕਿਸੇ ਗੱਲ ਦੀ ਕਮੀ ਨਹੀਂ ਆ ਉਹ ਹਰ ਤਰ੍ਹਾਂ ਦਾ ਸਾਜੋ ਸਮਾਨ ਜਿਹੜਾ ਹੈ
वो वेचन दी तैयारियां वेच कि इन्होंने को गाहक आते हैं, मतलब कि करोना का त्यौहारों के उपर भी कोई असर होया? मेरे नाल एक वीर खड़े ने, उन्होंने गलबात करते हैं। सर सब तो पहला मुबारक जी दिवाली दियाँ, और करोना वायरस का कोई इस त्यौहारों लैके असर होया? तुहानू भी बहुत बहुत मुबारक दिवाली दियाँ। तो मैं ये कहना चाहूँगा कि दिवाली का करोना वायरस का दिवाली पर तो बहुत ज़्यादा असर होया। कि असर यह है कि जिस तरह पहला इतने रश लगे होंगे सीगा, हूँ रश बिल्कुल खत्म हो गया, हूँ रश का नामो निशान नहीं है। तो गाहक जिहड़ा हैगा वह सिर्फ लोड़ींदा चीज़ा ले रहा है, दिवाली के अकॉर्डिंग कोई चीज़ नहीं ले रहा। अच्छा, कि महंगाई बढ़ा दी है करोना तो बाद, या की लगता है कि तुसी मगे महंगाई नू वाधा किया है महंगाई के विच, जा पिछू तो समान ही महंगा आ रहा? नहीं नहीं, महंगाई का वाधा असी नहीं किया, महंगाई का वाधा पिछों होया, क्योंकि पिछों जो लॉकडाउन होया सी उस तो बाद लेबर मिलनी बहुत औखी हो गई सी, उस तो बाद लेबर मिलने औखे होने कारण जोड़ा भी समान है वह सारा अपने महंगा हो चुका है। लेबर तो समा के वेली सी, लेबर क्यों औखी हुई? करोना वायरस तो बाद कई ने बेचार ने काम कई कढ़ दिता गया और कई ने काम छड़ना पिया, लेबर तो अवेलेबल सी, पर कारण की है महंगाई? लेबर जी लोकल लेबर सी उस टाइम जिस टाइम अवेलेबल सी वो लेबर उस टाइम बहुत महंगी सी, क्योंकि ट्रेना बंद होने कारण जी लेबर आँदी है यूपी बिहार तो वो अवेलेबल ना हो सकी, इस करके लेबर बहुत महंगी हो गई। तो जिहड़ियां चीज़ां सीगियां वो सारी बणते च महंगियां हो गई। मतलब ये इस बार की दिवाली तुहाडे मुताबिक फिक्की होएगी या मिठी होएगी? बहुत ही फिक्की दिवाली हैगी जी। देखा जाए जो किसानों का रोस प्रदर्शन चल रहा है उस करके भी बहुत फर्क पै रहा है, तो करोना होने कारण यह फर्क पै कि दिवाली हूँ काली ही लगती है। सर की नाम है तो कितों आए हो तुसी? शहर नाभे तो आए हैं। अच्छा जी, मतलब नाभे तो किस तरह आए हो तुसी? नाभे तो बस मार्केट करना आए थे जी पटियाले। अच्छा, कादी मार्केटिंग करते हो तुसी? आई देखने वास्ते आए थे जी, समान समून दिवाली का ले लेंगे। अच्छा, हाँ जी हाँ। कि इस बार की जी दिवाली है ਉਹਦੇ ਵਿੱਚ ਕੋਈ ਚੇਂਜਸ ਆਈ ਹੈ ਕਰੋਨਾ ਵਾਇਰਸ ਕਰਕੇ? ਆਈ ਆਈ ਬਹੁਤ ਜ਼ਿਆਦਾ। ਅੱਛਾ ਜੀ, ਹਾਂਜੀ ਹਾਂ। ਕਿਵੇਂ, ਕਿਸ ਤਰ੍ਹਾਂ ਦੀ ਚੇਂਜਸ? ਬਹੁਤ ਜ਼ਿਆਦਾ ਆਈ ਹੈ ਜੀ। ਮਤਲਬ ਕਿ ਮਹਿੰਗਾਈ ਦੇ ਪੱਖੋਂ ਜਾਂ ਕਿਸ ਤਰ੍ਹਾਂ? ਮਹਿੰਗਾਈ ਦੇ ਪੱਖੋਂ ਵੀ ਆਈ ਹੈ ਜੀ। ਹਾਂ ਹਾਂਜੀ ਹਾਂ। ਮਹਿੰਗਾਈ ਕਰਕੇ ਇਸ ਵਾਰ ਦੀ ਦੀਵਾਲੀ ਫਿੱਕੀ ਹੈ? ਫਿੱਕੀ ਬਹੁਤ ਜ਼ਿਆਦਾ ਫਿੱਕੀ ਹੈ ਜੀ। ਕਿ ਪੈਸਾ ਨਹੀਂ ਮਾਰਕੀਟ 'ਚ? ਪੈਸਾ ਹੈ ਨਹੀਂ। ਹਾਂ ਹਾਂਜੀ ਹਾਂ। ਅੱਛਾ, ਮਾਰਕੀਟ 'ਚ ਪੈਸਾ ਬਿਲਕੁਲ ਹੈ ਨਹੀਂ? ਜਮ ਹੈ ਨਹੀਂ। ਤਾਂ ਲੋਕ ਤਾਂ ਖਰੀਦੋ ਫਰੋਖਤ ਕਰੀ ਜਾ ਰਹੇ ਨੇ? ਉਹਦਾ ਕਰਨੀ ਆਈ ਹੁਣ ਜਿਹੜੀ ਮਾੜੀ ਮੋਟੀ ਕਰਨੀ ਆ ਗਈ ਨੇ। ਸਹੀ, ਅਗਲਾ ਕਰਜ਼ਾ ਚੱਕ ਕੇ ਕਰੇ ਕਿਵੇਂ ਮਰਜ਼ੀ ਕਰੇ, ਕਰੂਗਾ ਕਰੂਗਾ ਜੀ। ਮਤਲਬ ਜਿਹੜਾ ਕਰੋਨਾ ਵਾਇਰਸ ਹੈ ਉਹਨਾਂ ਦੇ ਕਰਕੇ ਜਿਹੜੇ ਤਿਉਹਾਰ ਹੈ ਉਹ ਵੀ ਫਿੱਕੇ ਪੈ ਗਏ? ਫਿੱਕੇ ਪੈ ਗਏ, ਹਾਂ ਜੀ ਹਾਂ। ਅੱਛਾ, ਇੱਕ ਕਿਸਾਨਾਂ ਵੱਲੋਂ ਧਰਨਾ ਦਿੱਤਾ ਉਹਦੇ ਕਰਕੇ ਵੀ, ਕਿਉਂਕਿ ਬਹੁਤ ਸਾਰੇ ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਕਾਲੀ ਦੀਵਾਲੀ ਮਨਾਈ ਜਾਂਦੀ? ਹਾਂਜੀ ਹਾਂ ਹਾਂ, ਉਹਨਾਂ ਕਰਕੇ? ਹਾਂਜੀ ਹਾਂ। ਅੱਛਾ, ਨਾਭੇ ਆ ਕੀ ਕਿਸ ਤਰ੍ਹਾਂ ਦਾ ਬਾਜ਼ਾਰ ਹੈ ਨਾਭਾ? ਨਾਭਾ ਵੀ ਮੰਦਾ ਹੀ ਚੱਲਦਾ ਜੀ। ਮੰਦਾ ਹੀ ਚੱਲਦਾ? ਹਾਂਜੀ ਹਾਂ। ਥੈਂਕ ਯੂ ਵੈਰੀ ਮਚ। ਇਹ ਲੜੀਆਂ ਲੱਗੀਆਂ ਬਹੁਤ ਖੂਬਸੂਰਤ ਲੱਗ ਰਹੀਆਂ ਨੇ, ਔਰ ਭੈਣ ਵੱਲੋਂ ਪੂਰੀ ਸ਼ਿੱਦਤ ਦੇ ਨਾਲ ਇਹਨਾਂ ਨੂੰ ਸਜਾਇਆ ਵੀ ਜਾ ਰਿਹਾ ਹੈ। ਪਰ ਦੋਸਤੋ, ਇਹਨਾਂ ਸਜੀਆਂ ਹੋਈਆਂ ਲੜੀਆਂ ਤਾਂ ਹੀ ਸ਼ੋਭਾ ਦੇਣਗੀਆਂ ਜੇਕਰ ਇਹਨਾਂ ਦੀ ਕੋਈ ਖਰੀਦੋ ਫਰੋਖਤ ਵੀ ਕਰੇਗਾ। ਮੇਰੀ ਗੱਲ ਭੈਣ ਨਾਲ ਹੋਈ ਹੈ, ਇਹਨਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਕਾਫ਼ੀ ਜਿਹੜੀ ਹੈ ਉਹ ਇਸ ਵਾਰ ਦੀ ਜਿਹੜੀ ਦੀਵਾਲੀ ਆ ਉਸ 'ਤੇ ਪ੍ਰੈਸ਼ਨ 'ਚਣ ਲੱਗੇ ਨੇ। ਭੈਣ ਜੀ, ਕੀ ਨਾਮ ਹੈ ਤੁਹਾਡਾ? ਰੇਨੂ। ਰੇਨੂ ਜੀ, ਮਤਲਬ ਸਜਾ ਤਾਂ ਤੁਸੀਂ ਸਾਰਾ ਕੁਛ ਰਹੇ ਹੋ, ਕਿੰਨੇ ਦਿਨ ਤੋਂ ਇੱਥੇ ਸ਼ੋਪ ਸਜਾਈ ਹੋਈ ਹੈ? ਇੱਥੇ ਐਕਚੁਅਲੀ ਸਾਡੀ ਪਹਿਲਾਂ ਮੇਰੀ ਉੱਥੇ ਸ਼ੋਪ ਹੈ ਸਾਹਮਣੇ ਕੋਸਮੈਟਿਕ ਦੀ। ਅੱਛਾ ਜੀ। ਹਾਂ, ਕਰਵੇ ਤੋਂ ਬਾਅਦ ਹੀ ਕੰਮ ਸ਼ੁਰੂ ਕਰਤਾ ਸੀ। ਕਰਵੇ 'ਤੇ ਵੀ ਇਸ ਵਾਰ ਰਿਸਪੋਂਸ ਨਹੀਂ ਮਿਲਿਆ, ਹੁਣ ਇੱਧਰ ਵੀ ਕੋਈ ਰਿਸਪੋਂਸ ਨਹੀਂ। ਕੀ ਕਾਰਨ ਹੈ, ਰਿਸਪੋਂਸ ਕਿਉਂ ਨਹੀਂ ਬੜਿਆ? ਲੋਕ ਤਿਉਹਾਰ ਕਿਉਂ ਨਹੀਂ ਮਨਾਉਂਦੇ? ਕਰੋਨਾ ਵਾਇਰਸ ਕਰਕੇ ਵੀ, ਕਿਸਾਨਾਂ ਕਰਕੇ ਵੀ। ਅੱਛਾ ਜੀ। ਹਾਂਜੀ, ਕਿਸਾਨਾਂ ਕਰਕੇ ਸਾਡੇ ਇਸ ਏਰੀਏ ਨੂੰ ਕਾਫੀ ਫਰਕ ਪੈ ਰਿਹਾ ਜੀ, ਕਿਉਂਕਿ ਕਿਸਾਨ ਏਰੀਆ ਨੇੜੇ ਆ ਜਾਂਦਾ ਹੈ ਨਾ ਉਹਦੇ ਕਰਕੇ ਜੀ। ਅੱਛਾ, ਇਹ ਵੀ ਦੱਸੋ ਕਿ ਤੁਸੀਂ ਜਿਹੜਾ ਸਮਾਨ ਹੈ ਉਹ ਵੀ ਕਹਿੰਦੇ ਹੋ ਕਿ ਲੋਕ ਦੁਕਾਨਦਾਰ ਵੀ ਕੁਛ ਮਹਿੰਗਾਈ ਜਿਹੜੀ ਆ ਉਹ ਜ਼ਿਆਦਾ ਵੱਧ ਮਹਿੰਗਾਈ ਮਿਲ ਮਹਿੰਗਾ ਹੀ ਮਿਲਿਆ ਸਮਾਨ ਜਿੰਨਾ ਵੀ ਲਿਆਂਦਾ ਨਾ ਪਿਛਲੇ ਸਾਲ ਨਾਲੋਂ ਹੀ ਤੁਹਾਨੂੰ ਮਹਿੰਗਾ ਮਿਲਿਆ? ਪਿਛਲੇ ਸਾਲ ਨਾਲੋਂ ਇਸ ਵਾਲੀ ਰੇਟ ਜ਼ਿਆਦਾ ਮਹਿੰਗਾ ਮਿਲਿਆ ਸਾਨੂੰ, ਕਸਟਮਰ ਨੇ ਨਹੀਂ ਦੇਣਾ ਮਹਿੰਗਾ ਰੇਟ। ਇਸ ਵਾਰੀ ਬਸ ਇਹ ਹੈ ਵੀ ਕੰਮ ਆਪਾਂ ਕਰਨਾ ਹੈ ਪਰ ਆਪਾਂ ਨੂੰ ਕਮਾਈ ਇੰਨੀ ਮਿਲਣੀ ਨਹੀਂ। ਮਿਲਣੀ ਨਹੀਂ, ਹਾਂਜੀ। ਅੱਛਾ, ਰੋਜ਼ ਦੀ ਜੇ ਅੰਦਾਜ਼ਾ ਲਾਈਏ ਤੇ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਸੇਲ 'ਚ ਵੀ ਫਰਕ ਪਿਆ? ਬਹੁਤ ਜ਼ਿਆਦਾ ਫਰਕ ਹੈ। ਕੱਲ ਸਿਰਫ 600-700 ਰੁਪਏ ਹੀ ਸੇਲ ਕਰੀ ਹੈ, ਕੁਛ ਵੀ ਨਹੀਂ ਆਇਆ। ਦੇਖੋ ਅੱਜ ਤੇ ਕੱਲ ਦਾ ਹੈ, ਉਮੀਦ ਵੀ ਦੇਖੋ ਅੱਜ ਤੇ ਕੱਲ ਕੁਛ ਨਾ ਕੁਛ ਹੋਏਗਾ ਰਿਸਪੌਂਸ, ਬਾਕੀ ਦੇਖੋ ਪੂਰੀ ਤਰ੍ਹਾਂ ਅਸਰ ਲੱਗਦਾ ਤਿਉਹਾਰਾਂ। ਹਾਂਜੀ ਹਾਂਜੀ ਹਾਂਜੀ। ਦੋਸਤੋ, ਭੈਣ ਨੇ ਬਿਲਕੁਲ ਸਪਸ਼ਟ ਗੱਲ ਕੀਤੀ ਹੈ ਕਿ ਅਸਰ ਜਿਹੜਾ ਹੈ ਉਹ ਬਿਲਕੁਲ ਲੱਗ ਰਿਹਾ, ਔਰ ਇਹਨਾਂ ਨੇ ਸੇਲ ਵੀ ਦੱਸੀ ਹੈ ਪਿਛਲੀਆਂ ਦੀਵਾਲੀਆਂ ਦੇ ਵਿੱਚ ਇਹਨਾਂ ਦਾ ਇਹਨਾਂ ਦਿਨਾਂ ਵਿੱਚ ਕਿੰਨਾ ਮਤਲਬ ਗ੍ਰਿਪ ਹੁੰਦਾ ਸੀ, ਕਾਫੀ ਅੱਛਾ ਹੁੰਦਾ ਸੀ, ਲੇਕਿਨ ਫਿਲਹਾਲ ਜਿਹੜਾ ਹੈ ਉਹ ਕੋਈ ਜ਼ਿਆਦਾ ਵਧੀਆ ਲੱਗ ਨਹੀਂ ਰਿਹਾ।
सो दोस्तों मैं पासो चुंगी से खड़ा, मेरे नाल वीर खड़े ने, उन्होंने गलबात करते हैं कि मठियाई तो बड़े प्रश्न चिन्ह लग रहे हैं। प्रश्न चिन्ह इस तरह के लगते हैं कि बहुत सारे, हालांकि बहुत सारे लोग ने जोड़े पूरी ईमानदारी के नाल लोगों तक समान पहुँचाते हैं घरों बना बना के, लेकिन फिर भी कुछ यहोजे ने जिथे नकली जोड़ा समान है वह तैयार किया जाता है। साडे एरिए एक बहुत मशहूर दुकान है और उस दुकान के खड़े हाँ, और जिन्हों की मठियाई जी है अपने आप एक बहुत खूबसूरत है। भी जी की लगता कि कोरोना वायरस के चलदा मठियाई और ड्राई फ्रूट जोड़े है वो लोग घट खरीद रहे हैं या सगों वध खरीद रहे? सगों वध खरीद रहे हैं लोग, क्योंकि लोगों को मिलने का मौका हूँ त्यौहार ही मिलता पाया। जी 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 हाँ, तो लोग घर बहुत कट्ठे होके रेंगे से हूँ बहर खोल बहर नहीं कर रहे। दरअसल मार्च तो बाद बंदी सी शोए में किसी को मिलना नहीं जुलना नहीं, तो त्यौहार के मौके सगों एक दूजे को लोग वो तो वह चाच मिल रहे हैं, चाच मिलते हैं। अच्छा कोनी सब तुहाडे बिजनेस ते कोई फर्क पिया ता नहीं है? ना ना सानू सगो ग्रोथ लग रही है। अच्छा जी, हाँ जी, किस तरह, मतलब किस तरह लग रही है? लोग तो पिट रहे ने, जिन्या ने असी गलबात कीती है कहंदे कि साडी सेल ही नहीं हो रही, साडे कोल तां माल ही नहीं पूरा हो रहा जी। अच्छा ती दो दो मुंडे लग के काम कर रहे हैं तां भी पूरा नहीं हो रहा, फिर भी कोई ना कोई चीज कट रही है। वाह जी वाह। और इस बार किन्ना टारगेट है मठियाई दा और किन्नी हुण तक तुसीं सेल कर चुके? दरअसल टारगेट असी इस तरह कोई फिक्स नहीं करते, असी तो जो बन गया मतलब खत्म हो रहा है, बच ही नहीं रहा, मौके से मौके तैयार कर रहे हैं जी। हाँ तो मौके से मौके ही खत्म हो रहा है। बहुत बहुत कोहली साहब, वाकई इन्हों की मिठाई का मैं भी बहुत शौकीन है, कोई शक नहीं है। सो दोस्तों इन्होंने मुताबिक कि कोरोना के जो लोग घर अंदर बड़े हुए थे डके हुए थे वो त्यौहार करके हुण बाहर आ रहे हैं और खूब खरीदो फरोख्त जी कर रहे। सो दोस्तों बहुत सारे लोगों के व्यू यही है कि इस बार कोरोना के चलदा जी मतलब त्यौहार है उन्होंने रंग फिका पिया है और कितने वादी है तो कितने सुवादी है। मेरे नाल गुरभजन सिंह जी जुड़े ने और गुरभजन सिंह जी उर्फ मामा जी इन्हों गलबात करते हैं। गुरभजन जी सब तो पहले दिवाली दी मुबारक जी। सारे देशवासियों मेरे वालों गुरभजन सिंह लचकानी प्रधान डिस्ट्रिक्ट कांग्रेस पटियाला OBC डिपार्टमेंट, मैं सारे देशवासियों तो पटियाला निवासियों बेनती हैप्पी दिवाली कह रहे हैं जी सारे नूं जी। बेह त्यौहार करोना करके माड़ा जहा आया भी फिका पे आया सीगा, हुण थोड़ा जहा लग रहा भी हाँ लोग थोड़ा जहा बाहर आए ने जी जी, लेकिन पर उन्ना जिन्ना खुल के नहीं आए क्योंकि एक तो COVID-19 चल रहा है जी, दोबारे फिर स्टार्ट हो गया, तो मैं यही कहूँगा लोगों भी थोड़ा अपना आप ही बचाओ रखन, दोबारे फिर स्टार्ट हो गया जी। तो नंबर दो तो यह त्यौहार फिका तां पै गया क्योंकि जो मोदी सरकार है जी, मोदी सरकार ने जोड़ा किसानों का एडीनेस जा कर लागू करे जी, वो करके जो अपना किसान ने किसानों देखो व्यापार आ जी, पंजाब के किसानी नाल ही व्यापार आ, वो करके लोग पैसा खर्चने उन्ना तैयार नहीं है। नहीं तैयार नहीं है जो लोगों को पैसा है ही नहीं गा? पैसा देखो जी तैयार माड़ा मोटा, देखो पैसा तो आया पर वो खुल के नहीं खर्च रहे, भी आने वाले समय का पता नहीं भी की हो की नहीं हो जी, डर रहे हैं लोग भी पैसा खर्चीए या ना खर्चीए, लेकिन असं यही कहेंगे भी जरा ऑर्डिनेंस मोदी सरकार ने लिया वो वापस लिता जाए। इस बार पंजाब दे विच काली दिवाली मनाई जा रही है? ये काली दिवाली मनाई जा रही है जी, किसानों वालों ये कहा गया है कि यह मिसाल लेके अपने घर मिसाल नाल अपना दिवाली मनाई जाए, दूए लोग दिवाली नहीं मनाई जाए। नंबर दो तो पटाखे चलाना, देखो जी ग्रीन दिवाली मनानी चाहिए आ जी, पटाखे मैं तो यही कहूँगा भी अपना प्रदूषण करके COVID-19 करके प्रदूषण बहुत ज्यादा हो गया, तो वो पराली नूं अग लाई आ, जिद च लाई आ जिवें भी लाई आ, लेकिन उन्होंने हल नहीं कोई है। बिल्कुल, इस करके भी जिहड़ी पटाके ने पटाके बिल्कुल नहीं चलाने चाहिए, घट तो घट पटाके चलाए जाण, ग्रीन दिवाली मनानी चाहिए है, मैं तो यही कहूँगा भी। बिल्कुल जी, इन्हां दे मुताबिक ग्रीन दिवाली जिहड़ी है मनाओ, क्योंकि जे पटाके चलावांगे तो पोल्यूशन होएगा और उहदे नाल तरह तरह दीआं बीमारियां दे आपां शिकार होवांगे। और इन्होंने एक गल बहुत वड्डी कीती है कि इस बार कितने ना कितने दिवाली जी काली इस करके किसानों वालों जो अनाउंसमेंट की जा रही है, क्योंकि मोदी सरकार वालों 3 आर्डीनेंस जो पेश किए गए हैं वो अजे तक वापस नहीं ले गए। सो दोस्तों अज एवन पंजाबी चैनल वालों बकायदा तौर पर भासो चुंगी का दौरा किया जा रहा और देख रहे हैं कि इस दिवाली के शुभ मौके पर बचपन के जिसनों बड़ी शिद्दत आप लोग मनाते, लेकिन कोरोना वायरस करके कितने ना कितने इस बार की जी दिवाली है वो फिक्की फिक्की नज़र आ रही है। हर एक दे नाल गलबात कीती है और इस समय असं एक मठियाई शॉप पर बैठे हाँ और जेडे उस जेडे मतलब मालिक ने वो भी मेरे नाल नज़र आ रहे हैं और इन्हां नाल गलबात करते हैं।
कि इस बार की दिवाली का रंग इन्हों के मुताबिक बिजनेस लई फिक्का पिया है जां फिर कुछ ना कुछ इन्हों का बन रहा है। वीर जी जतेंद्र जी सब तो पहला स्वागत है दिवाली दिया बहुत 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 मुबारक सर सारे ਕਿਵੇਂ ਲੱਗ ਰਿਹਾ ਇਸ ਵਾਰ ਦਿਵਾਲੀ ਦਿਵਾਲੀ ਜਦ ਕੀ ਬਹੁਤ ਫਿੱਕੀ ਆਈ ਅੱਗੇ ਸਾਨੂੰ ਕਿਉਂ ਫਿੱਕੀ ਕਿਉਂ ਤੁਸੀਂ ਮਿੱਠਾ ਦੇ ਰਹੇ ਹੋ ਜੀ ਮਿੱਠਾ ਤਾਂ ਵੇਚਦੇ ਆ ਪਰ ਗਾਹਕ ਲੈਣ ਵਾਲਾ ਵੀ ਹੋਣਾ ਚਾਹੀਦਾ ਸਾਡੇ ਇਸ ਮਿਠਾਈ ਨੂੰ ਹਾਂਜੀ ਅੱਛਾ ਪਿਛਲੇ ਸਾਲ ਜਿਹੜੇ ਆਪਾਂ ਬਚਪਨ 'ਚ ਮਨਾਉਂਦੇ ਹਾਂ ਜਤਿੰਦਰ ਜੀ ਉਸ ਵਾਰ ਦੀ ਦਿਵਾਲੀ ਔਰ ਇਸ ਵਾਰ ਦੀ ਜਿਹੜੀ ਦਿਵਾਲੀ ਆ ਕੀ ਫਰਕ ਲੱਗ ਰਿਹਾ ਬਹੁਤ ਫਰਕ ਸਰ ਇਸ ਕੀ ਤਾਂ ਗਾਹਕ ਹੀ ਨਹੀਂ ਗਿਆ ਮਾਰਕੀਟ 'ਚ ਲੋਕਾਂ ਕੋਲ ਪੈਸਾ ਹੈ ਨਹੀਂ ਕਮਾਈਆਂ ਬੰਦ ਨੇ ਸਭ ਦੇ ਮੇਨ ਪ੍ਰੋਬਲਮ ਲੋਕਾਂ ਦੀ ਪੈਸੇ ਦੀ ਹੈ ਜੀ ਪੈਸਾ ਹੈ ਨਹੀਂ ਲੋਕਾਂ ਕੋਲ ਜੀ ਕੋਰੋਨਾ ਵਾਇਰਸ ਦਾ ਪ੍ਰਭਾਵ ਨਜ਼ਰ ਆ ਸਾਰਾ ਕੋਰੋਨਾ ਵਾਇਰਸ ਦੀ ਪ੍ਰਭਾਵ ਹੈ ਜੀ ਬਿਲਕੁਲ 6 ਮਹੀਨੇ ਤੋਂ ਕੰਮ ਠੱਪ ਨੇ ਲੋਕਾਂ ਦੇ ਅੱਛਾ ਜੀ ਹਾਂਜੀ ਕਿੱਥੋਂ ਲੋਕਾਂ ਕੋਲ ਪੈਸਾ ਹੋਊਗਾ ਜੀ ਪਹਿਲਾਂ ਲੋਕਡਾਊਨ ਮਰ ਗਿਆ ਜੀ ਆਪਣਾ ਕੀ ਕਹਿੰਦੇ ਨੇ ਨੋਟਬੰਦੀ ਮਰ ਗਈ ਜੀ ਨੋਟਬੰਦੀ ਮਰ ਗਈ ਤੇ ਹੁਣ ਫਿਰ ਲੋਕਡਾਊਨ ਆ ਗਿਆ ਜੀ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਮਰੇ ਆ ਤਾਂ ਮਰੇ ਜੀ ਬਿਲਕੁਲ ਬਿਲਕੁਲ ਜੀ ਫਿਰ ਆਪਾਂ ਆਪਣੀ ਜਿਹੜੀ ਪੈਦਾਵਾਰ ਚੀਜ਼ ਕਰ ਰਹੇ ਲੋਕ ਕਿਸਾਨ ਉਹਨਾਂ ਤੇ ਮਰ ਪੈ ਗਈ ਹੈ ਦੇਖੋ ਜੀ ਉਹ ਆਪਣਾ ਸੰਘਰਸ਼ ਕਰ ਰਹੇ ਨੇ ਵਿਚਾਰੇ ਜੀ ਤੇ ਬਹੁਤ ਮਾੜਾ ਹਾਲ ਹੈ ਇਸ ਦੀ ਦਿਵਾਲੀ ਦਾ ਜੀ ਜਤਿੰਦਰ ਜੀ ਕੀ ਲੱਗ ਰਿਹਾ ਹੁਣ ਜਿੱਦਾਂ ਆਮ ਤੁਸੀਂ ਦੁਕਾਨ ਕਰਦੇ ਹੋ ਉਸ ਦਿਨ ਦੀ ਸੇਲ ਔਰ ਇਹਨਾਂ ਦਿਨਾਂ 'ਚ ਸੇਲ ਦੇ ਜਦਕਿ ਫਰਕ ਤਾਂ ਬਹੁਤ ਹੋਣਾ ਚਾਹੀਦਾ ਪਰ ਹੋ ਨਹੀਂ ਰਿਹਾ ਬਹੁਤ ਘੱਟ ਸੇਲ ਹੈ ਜੀ ਬਹੁਤ ਜ਼ਿਆਦਾ ਨਹੀਂ ਪਿਛਲੇ ਸਾਲ ਦਿਵਾਲੀ ਬੜੀ ਵਧੀਆ ਸੀ ਅਸੀਂ ਪਹਿਲੀ ਦਿਵਾਲੀ ਲਾਈ ਸੀ ਇਹਦੀ ਦੂਜੀ ਹੈ ਜੀ ਅੱਛਾ ਜੀ ਹਾਂਜੀ ਅੱਛਾ ਦੂਜੀ ਦਿਵਾਲੀ ਲਾਈ ਹੈ ਦੂਜੀ ਦਿਵਾਲੀ ਲਾ ਰਹੇ ਸੀ ਮੁਝੇ ਤਾਂ ਆਪਣੋਂ ਨੇ ਲੂਟਾ ਗੈਰੋ ਮੇ ਕਰ ਦਿੱਤਾ ਹਾਂ 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 ਅੱਛਾ ਕੀ ਲੱਗਦਾ ਕਿ ਇਸ ਵਾਰ ਜਿਹੜੀ ਹੈ ਜੋ ਤੁਸੀਂ ਸਮਾਨ ਤਿਆਰ ਕੀਤਾ ਹੈ ਆ ਦੇਖੋ ਅਸੀਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਆਪਣੇ ਲਈ ਖਾਣ ਨੂੰ ਨਾ ਵਿੱਚ ਬਚੇ ਆਪ ਵੀ ਗਵਾਂਢੀਆਂ ਦੇ ਲਈਏ ਪਰ ਕੀ ਲੱਗ ਰਿਹਾ ਤੁਹਾਨੂੰ ਦੇਖੋ ਸਰ ਇਹਦੀ ਫਿੱਕਾ ਕੰਮ ਬਹੁਤ ਬਹੁਤ ਜ਼ਿਆਦਾ ਇਹ ਨਹੀਂ ਅੱਗੇ ਵਾਲਾ ਕੰਮ ਤਾਂ ਹੈ ਨਹੀਂ ਦਿਵਾਲੀ ਬਹੁਤ ਜ਼ਿਆਦਾ ਹਾਂ ਅੱਛਾ ਮਹਿੰਗਾਈ ਵੀ ਥੋੜ੍ਹੀ ਜਿਹੀ ਵਧੀ ਹੈ ਸਰ ਉਹ ਕਹਿੰਦੇ ਲੋਕ ਕਹਿੰਦੇ ਆ ਦੁਕਾਨਦਾਰਾਂ ਨੇ ਖੁਦ ਵਧਾਤੀ ਹੈ ਜਤਿੰਦਰ ਨੇ ਵਧਾਤੀ ਹੈ ਕਹਿੰਦੇ ਸਰ ਜੇ ਹੁਣ ਰਿਫਾਇਨ ਮਹਿੰਗੇ ਹੋਊਗੇ ਜੀ ਖਰਚੇ ਹੁਣ ਤੇਲ ਡੀਲ ਮਹਿੰਗਾ ਜੀ ਉਹ ਤੋਂ ਹੀ ਬਣਨੀ ਲੇਬਰ ਵੀ ਲੇਬਰ ਮਹਿੰਗੀ ਉਸ ਤੋਂ ਬਾਅਦ ਜੀ ਬਿਜਲੀ ਦਾ ਖਰਚਾ ਫਿਰ ਵਧ ਗਿਆ ਜੀ ਬਿਜਲੀ ਜਤਿੰਦਰ ਜੀ ਬਹੁਤ ਸਾਰੇ ਸਾਡੇ ਕੋਲ ਨਿਊਜ਼ ਆਉਂਦੀਆਂ ਨੇ ਏਵਨ ਪੰਜਾਬੀ ਚੈਨਲ ਕੋ ਨਕਲੀ ਖੋਆ ਤਿਆਰ ਕੀਤਾ ਜਾਂਦਾ ਸਾਰਾ ਕੁਝ ਨਕਲੀ ਬਣਦਾ ਮੈਨੂੰ ਲੱਗਦਾ ਨਹੀਂ ਆ ਕਿ ਇੰਨੀ ਬੂੰਦ ਵੀ ਤੁਸੀਂ ਕਿਤੇ ਇਸਤੇਮਾਲ ਕਰਦੇ ਹੋ ਜੋ ਲੋਕ ਇਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਔਰ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਜਿਹੜੇ ਲੋਕ ਕਰਦੇ ਆ ਆਪਾਂ ਨੂੰ ਨਹੀਂ ਪਤਾ ਦੇਖੋ ਜਿਹੜੇ ਕਰਦੇ ਹੋਣ ਕਰਦੇ ਨੇ ਪਰ ਆਪਣੇ ਕੋਲ ਇਸ ਚੀਜ਼ ਦਾ ਸਬੂਤ ਹੈ ਜੀ ਠੀਕ ਹੈ ਆਪਾਂ ਦੁੱਧ ਪਿੰਡ ਤੋਂ ਲਿਆਉਂਦੇ ਜੀ ਸਾਰਾ ਜੀ ਜੀ ਹਾਂਜੀ 34-35 ਘਰ ਨੇ ਮੇਰੇ ਕੋਲ ਜੋ ਦੁੱਧ ਪਾਉਂਦੇ ਨੇ ਜੀ ਏ ਟੂ ਜ਼ੈਡ ਮਠਾਈ ਸਾਡੀ ਆਪਣੀ ਤਿਆਰ ਆਪਣਾ ਖੋਆ ਤਿਆਰ ਹੈ ਸਾਰਾ ਹਾਂਜੀ ਇਸ ਚੀਜ਼ ਬਾਰੇ ਆਪਾਂ ਚੈਲੰਜ ਕਰਦੇ ਆ ਬੰਦਾ ਕੋਈ ਮਿਲਾਵਟ ਸਾਬਤ ਕਰਦੇ ਜੀ ਜੋ ਕਹੂਗਾ ਉਹ ਦਵਾਂਗੇ ਜੀ ਵੈਰੀ ਗੁੱਡ ਠੀਕ ਹੈ ਹੋਰ ਇਸ ਤੋਂ ਵੱਧ ਕੋਈ ਨਹੀਂ ਜੀ ਬਿਲਕੁਲ ਜੀ ਇਹ ਤਾਂ ਚੈਲੰਜ ਕਰਦੇ ਇਸ ਚੀਜ਼ ਬਾਰੇ ਜੀ ਮਠਾਈ ਬਾਰੇ ਬਿਲਕੁਲ ਜੀ ਬਿਲਕੁਲ ਪਿੰਡ ਆਪਣਾ ਇਸ ਤੋਂ ਦੁੱਧ ਪਿੰਡ ਤੋਂ ਲੈ ਕੇ ਆਉਣਾ ਸਾਰਾ ਜੀ ਇਹ ਕੋਈ ਨਹੀਂ ਚਵਾਵਾਂ ਦੁੱਧ ਦਾ ਸਾਰੇ 34-35 ਘਰ ਦੁੱਧ ਪਾਉਣ ਵਾਲੇ ਮੈਨੂੰ ਜੀ ਵੈਰੀ ਗੁੱਡ ਬਿਲਕੁਲ ਜਿਹੜਾ ਸਬੂਤ ਹੈ ਇਸ ਚੀਜ਼ ਦਾ ਜੀ ਆਪਣਾ ਜੇ ਕੱਲ ਨੂੰ ਕੋਈ ਬੰਦਾ ਆਪਾਂ ਨੂੰ ਚੈਲੰਜ ਕਰਦਾ ਠੀਕ ਹੈ ਜੀ ਪਰ ਆਪਾਂ ਚੈਲੰਜ ਕਰਦੇ ਹਾਂ ਮਿਲਾਵਟ ਬਾਰੇ ਜੀ ਬਿਲਕੁਲ ਜੀ ਸਾਬਤ ਕਰੋ ਬੰਦਾ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਤੜਕੇ ਦਾ 15 ਕਿਲੋ ਮਾਲ ਵਿਕਿਆ 12:15 ਟਾਈਮ ਬਣਾ ਹੋ ਚੱਲਿਆ ਇੰਨਾ ਗਾਖ ਦਾ ਬੰਦਾ ਪੈ ਰਿਹਾ ਅਤੇ ਬੰਦੇ ਦਾ ਦਿਲ ਨਹੀਂ ਕੰਮ ਕਰਦਾ ਕੰਮ ਕਰ ਰਹੇ ਹਾਂ ਕਰਨਾ ਪੈਣਾ ਪਰ ਮਤਲਬ ਇਹ ਹੈ ਵੀ ਕੋਈ ਗਾਹਕ ਨਹੀਂ ਨਜ਼ਰ ਆ ਰਿਹਾ ਦੇਖ ਲਓ ਤੁਹਾਨੂੰ 15 ਮਿੰਟ ਹੋ ਕੇ ਖੜਿਆ ਨੂੰ ਅਤੇ ਪਾਈਆ ਮਾਲ ਵਿਕਿਆ ਹੋਊਗਾ ਜੀ 15 ਰੁਪਏ ਜੀ ਸਿਰਫ ਅੱਧਾ ਅੱਧਾ ਕਿਲੋ ਦੇਖੋ ਤੁਹਾਡਾ ਸਮਾਨ ਸ਼ੁੱਧ ਹੈ ਅਤੇ ਇਹ ਬਸ ਵਿਕੇਗਾ ਹੀ ਵਿਕੇਗਾ ਸਰ ਸੱਤ ਵਜਣ ਇਹ ਵਿਕੇਗਾ ਹੀ ਵਿਕੇਗਾ ਬਹੁਤ ਜੇ ਸਮਾਨ ਵਿੱਚ ਉਹ ਹੈ ਤਾਂ ਫਿਰ ਤਾਂ ਤੁਹਾਨੂੰ ਪਤਾ ਫਿਰ ਵਿਕਣਾ ਹੀ ਨਹੀਂ ਸਮਾਨ ਇੱਕ ਨੰਬਰ ਦਾ ਜੇ ਸਮਾਨ ਦਾ ਇਹ ਸੋਚਿਆ ਵੈ ਵੀ ਇੰਦੂ ਵੱਧ ਹੋਰ ਮਿਹਨਤ ਨਹੀਂ ਹੋ ਸਕਦੀ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹਨਾਂ ਦੇ ਆਪਣੇ ਸਮਾਨ ਦੀ ਗਾਰੰਟੀ ਹੈ ਜਤਿੰਦਰ ਨੇ ਵੀ ਦੱਸਿਆ ਸਾਡੇ ਵੀਰ ਜੀ ਨੇ ਵੀ ਦੱਸਿਆ ਕਿ ਇੱਕ ਨੰਬਰ ਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਭੋਰਾ ਜਿੰਨੀ ਮਿਲਾਵਟ ਨਹੀਂ ਹੈ ਪਰ ਵੇਖਣਾ ਹੁਣ ਇਹ ਹੈ ਕਿ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਭਾਵ ਹੈ ਉਹ ਅਜੇ ਹੋਰ ਕਿਹੜੇ ਕਿਹੜੇ ਤਿਉਹਾਰਾਂ ਤੇ ਨਜ਼ਰ ਆ ਸਮਾਨ ਨਾ ਵਧੀਆ ਹੁੰਦਾ ਪਹਿਲਾਂ ਲੱਗਦੇ ਰਹਿ ਗਏ ਨਾ ਪਹਿਲਾਂ ਸੋਨੇ ਚੌਂਕ ਦੇ ਨਾਲ ਨਾ ਉੱਪਰ ਦੇ ਚੌਂਕ ਦੇ ਲੱਗੇ ਇਹਨਾਂ ਦੀ ਦੁਕਾਨ ਦੇ ਉਹ ਹੀ ਆ ਇਹ ਅੱਛਾ ਅੱਛਾ ਉਹ ਚੌਂਕ ਦੇ ਨਾਲ ਹਾਂ ਪਹਿਲਾਂ ਆਏ ਤੇ ਫਿਰ ਹੁਣ ਇੱਥੇ ਲੈ ਦੁਕਾਨ ਬਹੁਤ ਚੱਲਦੀ ਇਹਨਾਂ ਦੀ ਗਾਹਕ ਇਹਨਾਂ ਪਰ ਸਮਾਨ ਵੀ ਇਹਨਾਂ ਦਾ ਵਧੀਆ ਹੁੰਦਾ ਜੋ ਹਰ ਇੱਕ ਸ਼ਾਇਦ ਮਤਲਬ ਲਾਲਾ ਵੀ ਵਧੀਆ ਹੁੰਦੀ ਇਹਦੇ 'ਚ ਕੋਈ ਲਿਆਉਂਦੇ ਨਹੀਂ ਕਿ ਮਿਲਾਵਟ ਨਹੀਂ ਹੈਗੀ ਇਹਨਾਂ ਦੀ ਬਿਲਕੁਲ ਹਾਂ ਬਸ ਇਹਨਾਂ ਹੀ ਕਹਿਣਾ ਚਾਹੁੰਦਾ ਹਾਂ ਪੁਰਾਣੇ ਸਾਡੇ ਜੋਤੇ ਹਾਂਜੀ ਬਿਲਕੁਲ ਕੋਰੋਨਾ ਵਾਇਰਸ ਦੇ ਚੱਲਦੇ ਆ ਦੋਸਤੋ ਜੇ ਆਪਾਂ ਤਿਉਹਾਰਾਂ ਦੀ ਗੱਲ ਕਰੀਏ ਤਾਂ ਤਿਉਹਾਰਾਂ ਦਾ ਰੰਗ ਫਿੱਕਾ ਪਿਆ ਹੈ ਬਹੁਤੇ ਲੋਕ ਕਹਿ ਵੀ ਰਹੇ ਨੇ ਕਿ ਠੀਕ ਹੈ ਜੀ ਸਾਰਾ ਕੁਝ ਚੱਲੀ ਜਾ ਰਿਹਾ ਲੇਕਿਨ ਬਿਜ਼ਨਸ ਜਿਹੜਾ ਹੈ ਉਸ ਤੇ ਪ੍ਰੈਸ਼ਨ ਚਿੰਨ ਲੱਗੇ ਨੇ ਮੇਰੇ ਨਾਲ ਮੇਹਰ ਸਿੰਘ ਜੀ ਜੁੜੇ ਨੇ ਮੇਹਰ ਸਿੰਘ ਜੀ ਕੀ ਲੱਗਦਾ ਕਿ ਕੋਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਹੈ ਪਿਛਲੇ 7-8 ਮਹੀਨੇ ਤੋਂ ਆਪਾਂ ਝੇਲ ਰਹੇ ਹਾਂ ਉਸ ਦੇ ਕਰਕੇ ਇਸ ਵਾਰ ਦੀ ਦਿਵਾਲੀ ਫਿੱਕੀ ਪੈ ਰਹੀ ਹੈ ਬਿਲਕੁਲ ਜੀ ਇਸ ਚੀਜ਼ ਦਾ ਬਹੁਤ ਅਸਰ ਪਿਆ ਹੈ ਜੀ ਹਰ ਕੰਮ ਕਾਰ ਦੇ ਵਿੱਚ ਬਹੁਤ ਮਤਲਬ ਢਿੱਲਾ ਜਿਹਾ ਕੰਮ ਹੈ
तकरीबन दोनों चीजा ठीक है, कम कार ना होने करके पैसे भी है, फिक पाई हुई है हर को कम कार फिर पैसे ना समझ लो कारोबार। हाँ जी हाँ जी। और एक पहला नोटबंदी ने मार दिता तो हूँ मतलब कोरोना ने कि दोनों ही जड़े है प्रभाव पा रहे। बिल्कुल बिल्कुल हाँ जी हाँ जी बिल्कुल। तुसी पिछले कई सालों तो दिवालियां मनाते आ रहे हो, इसकी दिवाली बारे तो पुरानी दिवालियों में की फर्क लग रहा उस समय की की किस तरह की दिवाली होया करती है? दिवाली तो समझ लो भी पैसे दाली खेल है सारी दुनियादारी का, कारोबार से निर्भर है जो हम कारोबार है नहीं या फिर पैसा खर्चने जी नहीं करता हर एक का, इस करके ठीक है ठीक है जन मतलब इन्ना हूँ हर चीज़ का जाना हर कोई जानी मतलब वो चीज़ थोड़ी जी अंदरों जो 10 रुपये खुले दिल ना खर्चे जाने तो समझ लो होर वधिया चीज़ त्यौहार मनाया जाता है। पर बहुत सारे लोग कहते हैं कि महंगाई इन्नी वधी नहीं, दुकानदार ने वधाती है, पौड़ियों का रेट इन्ना वधिया नहीं है, वधिया नहीं है, लेकिन जेडे दुकानदार पौड़ियाँ बेचते हैं, रस्से बेचते हैं या तसले बेचते हैं, खुरपे बेचते हैं, उन्होंने समान का रेट वधा दिता है। ये पता नहीं मतलब है जरूर इस चीज़ का जी पिछो हूँ जब भी मचार माल ले जाने तकरीबन ये मार्च अप्रैल से जाके ये चीज़ होंगी जी अगला गाहक दुकानदार कहते पिछो लाइट नहीं जी आ रही मतलब लाइट ना होने करके कट लगन करके काम कार नहीं निकल रहा। और इस बार मैं तकरीबन हरेक दुकानदार ने गल करता भी ये की चक्कर है भी मतलब इस मौसम के इस समय के क्यों चीज़ का फर्क पै रहा है, है जरूर जो भी किसी चीज़ का हथ ला लो कोई लोहा लकड़ नहीं प्लास्टिक वाले पुछ लो कहते रेट बढ़ गया, तो लोहे वाले देख लो कहते रेट बढ़ गया, मतलब अगला ये सगो दबका मारता हूँ ले जा इस बारी अगली बारी ये कोई जरूरी नहीं है रेट तेन मिल जाए अज ले जा ये चीज़। बिल्कुल वीर ने सच कहा दोस्तों कि मतलब जिहड़ियां पुरानियां दिवालियां सी उस वेला अपने हिसाब नाल मनाउंदे सी पर इस बार दी जिहड़ी दिवाली है अजे तक तां फिक्की है, लेकिन भविख विच इह वधिया होर मिठी हो जावे तां इहदे बारे कुछ भी कहा नहीं जा सकदा। सो दोस्तों मठियाई दीआं दुकानां तां सजीआं ने पर अजे खरीदो फरोख्त उन्नी नहीं हो रही और जिवें तुसीं पिछली मठियाई दी दुकान कीती उहदी भी इही कंडीशन सी। की लगदा कि इस बार मठियाई और खास करके दिवाली जी है वो कोरोना वायरस के करके ढिली है? हाँ जी हाँ। कि किस तरह ढिली है सर? मठियाई लग नहीं रही ना पहला भी समान बिक नहीं रही। नहीं बिक नहीं रहा ये। हाँ, गाहक नहीं आ रहा जी, कारण की है की महसूस कर दे हो कि लोगों को पैसे खत्म हो चुके हैं कोरोना वायरस के चलते? नहीं पैसे तो है कि नहीं, मतलब कोरोना वायरस करके कोई आ ना रहेगा जी। हाँ हाँ जी हाँ। अच्छा कितने सालों तो तुम ये दुकान सजा रहे हो? 4-5 साल हो गए जी। अच्छा पहले जेडे 4-5 साल निकल चुके ने इस बार दी और उन्होंने सालों में कोई फर्क लगा? हैगा फर्क हैगा जी। अच्छा हूँ रोज़ की किन्नी सेल हो जाती? रोज़ की सर सेल तो घट्ट हो रही है जी। अच्छा तो पहला ज़्यादा होया? हाँ जी हाँ। अच्छा मतलब मठियाई थोड़ी एक नंबर होंगी है कोई शक नहीं है, बहुत वधिया समान होंदा तुहाडा, पर अजे गाहक नहीं आ रहे? हाँ जी गाहक नहीं आ रहे, मठियाई एक नंबर है जी। मठियाई एक नंबर? हाँ जी हाँ। अच्छा किन्ने दिन हो गए इस तरह बाहर दुकान लाई? अज पहला दिन लाया जी। अज पहला दिन है हूँ देखो एक बार एक दे करीब बच चला है और हूँ तक किन्ने के सेल हो चुके? सेल सर घट्टे हुई है जी। तो अजय घट्टे हुई? हाँ जी। मतलब लोग जो खुल के बाहर नहीं आ रहे? नहीं खुल के बाहर नहीं आ रहे ये लोग। दोस्तों हर एक दी कोई राम कहानी है जो लाया जाए तो मतलब जरा ये जरा सजा हुआ समान है ये ता ही वधिया लगेगा जो इतने भीड़ होएगी और मिनटा सकेंटा में सारा समान है बिक जाएगा, लेकिन समान तो बिकेगा ही बिकेगा लेकिन कोरोना वायरस ने कर दिया लोगों की जी जेब है वह भी तकरीबन खाली है जिस करके समान इतने का इतने। सो दोस्तों जिवें तुसी पूरे एपीसोड दे विच वेख्या कि हर एक दुकानदार की जबान से ज़्यादा करके शब्द सगा कि कोरोना वायरस के चलदा कितने ना कि जी दिवाली है वह फिक्की नज़र आ रही है। हालांकि बहुत सारे लोगों ने यह भी कहा, दुकानदार ने यह भी गल कही है कि जो लोग 7-8 महीनों तो अंदर दबे दबे महसूस कर रहे सन वो त्यौहारों में निकल के बाहर आ रहे हैं और खरीदो जी फरोख्त है वो कर रहे हैं, लेकिन सवाल इतने ये है कि दिवाली जी है वो इस बार की जी है एक पासे किसानों का मोर्चा लगा धरना लगा हुआ है और दूजे पासे जी कोरोना महामारी की जोड़ा प्रकोप है वो है और इस दोनों के कित ना कि जी दिवाली है वो पीस की नज़र आ रही है। खैर अज का दिन है और कल का दिन है, देखना यह होएगा कि लोग किन्ने वधिया तरीके नाल दिवाली नू सैलीब्रेट करते हैं। कैमरामैन विष्णु दे नाल मैं सोम सहोता एवन पंजाबी टीवी ले।